ਸਿੱਖਾਂ ਦੀ ਉਹ ਜਮਾਤ ਜਿਹੜੀ ਜਮਾਤ ਪੰਜਾਬ ਦੇ ਵਿੱਚ ਇੱਥੇ ਤਰਜਮਾਨੀ ਕਰਦੀ ਆ, ਸਿੱਖਾਂ ਦੀ ਤਰਜਮਾਨੀ ਨਹੀਂ ਕਰਦੀ। 103 ਸਾਲ ਤੋਂ ਲਗਾਤਾਰ ਮਨੁੱਖੀ ਹੱਕਾਂ ਹਕੂਕਾਂ ਦੀ, ਪੰਜਾਬ ਦੇ ਪਾਣੀਆਂ ਦੀ ਤੇ ਇਸ ਪੰਜਾਬ ਦੀ ਧਰਤੀ ਦੀ ਜਿਹੜੀ ਤਰਜਮਾਨੀ ਕਰਦੀ ਆ, ਉਹਨੂੰ ਇੱਕ ਪਾਸੇ ਲਾਂਭੇ ਕਰਨ ਲਈ ਇਹ ਵੀ ਇੱਕ ਬੜਾ ਵੱਡਾ ਇਹਨਾਂ ਨੇ ਯਤਨ ਕੀਤਾ। ਸੋ ਕੱਲ੍ਹ ਇਹਨਾਂ ਨੇ ਨੋਟੀਫਿਕੇਸ਼ਨ ਕਰ ਦਿੱਤੀ ਔਰ ਨੋਟੀਫਿਕੇਸ਼ਨ ਦੇ ਵਿੱਚ ਦੇਖੋ, ਇੱਕ ਪਾਸੇ ਭਾਰਤੀ ਜਨਤਾ ਪਾਰਟੀ ਕਹਿੰਦੇ ਜੀ ਅਸੀਂ ਔਰਤਾਂ ਦੇ ਬੜੇ ਹਾਮੀ ਹਾਂ ਤੇ ਔਰਤਾਂ ਨੂੰ ਅਸੀਂ ਰਿਪ੍ਰੈਜੈਂਟੇਸ਼ਨ ਦੇਵਾਂਗੇ 1/3 ਤੇ ਇਹਦੇ ਵਿੱਚ 40 ਸੀਟਾਂ ਜਿਹੜੀਆਂ ਉਹਨਾਂ ਦੇ ਵਿੱਚ ਕੋਈ ਔਰਤ ਲਈ ਰਿਜ਼ਰਵ ਨਹੀਂ ਕੀਤਾ ਗਿਆ ਇਲੈਕਟਡ ਇਲੈਕਸ਼ਨ ਲਈ। ਇਹਦੇ ਵਿੱਚ ਐਸਸੀ ਕੋਈ ਨਹੀਂ ਰਿਜ਼ਰਵ ਕੀਤਾ ਗਿਆ ਇਲੈਕਸ਼ਨ ਲਈ। ਕੀਤਾ ਕੀ ਆ ਕਿ ਕੁਆਪਸ਼ਨ ਦੇ ਵਿੱਚ 2 ਲੇਡੀਜ਼ ਤੇ ਉਹਨਾਂ ਦੇ ਵਿੱਚੋਂ 2 ਐਸਸੀ ਭਾਈਚਾਰਾ, ਮੰਨ ਲਓ 4 ਸੀਟਾਂ ਉਹਨਾਂ ਨੇ ਕੀਤੀਆਂ ਰਿਜ਼ਰਵ 40ਾਂ ਦੇ ਵਿੱਚੋਂ। ਤੇ ਜੇ ਇਲੈਕਸ਼ਨ ਦਾ ਪ੍ਰੋਸੈਸ ਖੋਲ ਦਿੱਤਾ ਜਾਵੇ ਤੇ ਉਹ ਬੀਬੀਆਂ ਵੀ ਤੇ ਐਸਸੀ ਵੀ ਆਪਣੇ ਵਿੱਚੋਂ ਲੜ ਕੇ ਆ ਸਕਦੇ ਆ। ਸੋ ਮੇਰਾ ਕਹਿਣ ਤੋਂ ਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ 20 ਮੈਂਬਰ ਮੈਂ ਭਾਵੇਂ, ਕਿਉਂਕਿ ਸਿੱਖਾਂ ਦੀ ਤਰਜਮਾਨੀ ਨਹੀਂ ਪਰ ਫਿਰ ਵੀ ਕਿਉਂਕਿ ਐਕਟ ਆ ਤੇ ਇਲੈਕਸ਼ਨ ਆ ਤੇ ਬਕਾਇਦਾ ਤੌਰ ਦੇ ਉੱਤੇ ਇੱਕ ਐਕਟ ਆ, ਉਹਦੇ ਵਿੱਚ ਆਪਣੇ ਸਾਰੀਆਂ ਪਰੰਪਰਾਵਾਂ ਦੇਖਣੀਆਂ ਹੁੰਦੀਆਂ। ਸੋ ਉਹਦੇ ਤਹਿਤ ਸਾਡੇ ਕੋਲ ਐਸਸੀ ਪਲੱਸ ਜਿਹੜੇ ਆਪਣੇ ਸਾਡੇ ਕੋਲ ਲੇਡੀਜ਼ ਜਨਰਲ ਦੂਜੀਆਂ, ਉਹ ਸਾਰੀਆਂ ਚੁਣ ਕੇ ਆਉਂਦੀਆਂ ਔਰ 30 ਬੀਬੀਆਂ ਸਾਡੇ ਵਿੱਚ 170 ਦੇ ਹਾਊਸ ਦੇ ਵਿੱਚ ਚੁਣ ਕੇ ਆਉਂਦੀਆਂ। ਸੋ ਮੇਰਾ ਕਹਿਣ ਤੋਂ ਭਾਵ ਇਹ ਬੜੇ ਵੱਡੇ ਇੱਕ ਲਕੂਨੇ ਜਿਹੜੇ ਇਹਨਾਂ ਨੇ ਛੱਡ ਦਿੱਤੇ ਆ। ਉਹ ਤੋਂ ਇਲਾਵਾ ਜਿਹੜੀ ਵੱਡੀ ਗੱਲ ਆ ਕਿ 390 ਟੋਟਲ ਬੂਥ ਬਣੇ ਆ ਸਾਰੇ ਹਰਿਆਣੇ ਦੇ ਵਿੱਚ ਔਰ ਤੁਸੀਂ ਲਾ ਲਓ ਹਰਿਆਣਾ ਸਟੇਟ ਕਿੱਡਾ ਆ। ਔਰ ਮੈਂ ਹੈਰਾਨ ਹਾਂ, ਮੈਂ ਤੁਹਾਨੂੰ ਨਸ਼ਰ ਵੀ ਕਰੂੰਗਾ, ਇੱਕ ਬੂਥ ਕੌਂਸਟੀਚੁਐਂਸੀ ਦੇ ਵਿੱਚ 150 ਪਿੰਡ ਆ ਤੇ ਉਹਦੇ ਬੂਥ ਕਿੰਨੇ ਆ 7 ਤੇ ਹੁਣ 7 ਬੂਥਾਂ ਦੇ ਲਾਓ ਪਈ, ਮੇਰਾ ਖਿਆਲ ਆ 20 ਦੀ ਐਵਰੇਜ ਆ ਗਈ ਪਈ ਇੱਕ ਬੂਥ ਦੇ ਵਿੱਚ 20 ਬੰਦੇ, ਮਤਲਬ 20 ਪਿੰਡ ਫੌਲ ਕਰਨਗੇ। ਇਹ ਸਾਡੀ ਮੰਗ ਆ ਕਿ ਹਰਿਆਣਾ ਕਮੇਟੀ ਦੇ ਵਿੱਚ ਜੇ ਚੋਣ ਹੋ ਰਹੀ ਆ ਤੇ ਆਪਾਂ ਇਹਨੂੰ ਪਚੀਦਾ ਹੀ ਇੰਨਾ ਕਰ ਦਿੱਤਾ ਵੀ ਕਿਸੇ ਨੂੰ ਪਤਾ ਨਾ ਲੱਗੇ ਵੋਟ ਕਿੱਥੇ ਆ ਤੇ ਇਹਦੇ ਬੂਥ ਜਿਹੜੇ ਆ ਉਹ ਲਾਗੇ ਲਾਗੇ ਕਰਨੇ ਚਾਹੀਦੇ। 390 ਬੂਥ ਮੈਂ ਸਮਝਦਾ 2 ਹਲਕਿਆਂ ਦੇ ਅਸੈਂਬਲੀਆਂ ਦੇ ਵਿੱਚ ਪੂਰੇ ਹੋ ਜਾਂਦੇ ਆ ਤੇ ਇਹਦੇ ਵਿੱਚ ਇੰਨਾ ਪਚੀਦਾ ਕਿਉਂ ਰੱਖਿਆ ਗਿਆ? ਇਹਦੇ ਪਿੱਛੇ ਵੀ ਇੱਕ ਸਾਜਿਸ਼ ਆ ਤਾਂ ਕਿ ਸਿੱਖਾਂ ਦੀ ਤਾਕਤ ਨੂੰ ਇੱਕ ਖੇਰੂੰ ਖੇਰੂੰ ਕਰਕੇ ਉਹ ਦੇ ਦਿੱਤਾ ਜਾਵੇ ਰੂਪ, ਤਾਂ ਕਿ ਇਹ ਆਪੋ ਵਿੱਚ ਹੀ ਜਿਹੜੇ ਆ ਉਹ ਝਗੜੇ ਦੇ ਵਿੱਚ ਸ਼ਾਮਲ ਹੋਣ। ਹੁਣ ਆਹ ਮੈਂ ਤੈਨੂੰ ਪਹੇਵੇ ਦੀ ਆਹ ਮੈਂ ਟੈਗ ਲਾਏ ਆ, ਕਿਸੇ ਨੇ ਵੈਰੀਫਾਈ ਕਰਨਾ ਕਰ ਲਿਓ। ਇਹ ਪਹੇਵਾ ਜਿਹੜਾ ਸਾਡਾ ਕੌਂਸਟੀਚੁਐਂਸੀ ਆ, ਇਹ ਪਹੇਵੇ ਦੀ ਕੌਂਸਟੀਚੁਐਂਸੀ ਦੇ ਵਿੱਚ ਤਕਰੀਬਨ ਸਾਰੇ ਜ਼ਿਲ੍ਹੇ ਅਸੀਂ ਦੇਖੇ ਆ, ਇਹਨਾਂ ਦੇ ਵਿੱਚ ਆਹ ਇੱਕ ਬੂਥ ਦੇ ਵਿੱਚ ਕਿੰਨੇ ਪਿੰਡ ਫੌਲ ਕਰਦੇ ਕੋਈ ਨਾਂ ਨਹੀਂ, ਕਿਹੜੇ ਪਿੰਡ ਦੀ ਕਿੰਨੀ ਵੋਟ ਆ ਕੋਈ ਨਾਂ ਨਹੀਂ, ਕੋਈ ਬੰਦੇ ਦਾ ਐਡਰੈਸ ਕੀ ਆ ਕੋਈ ਨਾਂ ਨਹੀਂ। ਇਹਦੇ ਵਿੱਚ ਹੁਣ ਤੁਸੀਂ ਦੇਖੋਗੇ ਆਹ ਕੁਛ ਅਸੀਂ ਲਿਸਟਾਂ ਈਅਰ ਮਾਰਕ ਕੀਤੀਆਂ, ਇਹਦੇ ਵਿੱਚ ਸਮਨਦੀਪ ਕੋਈ ਕੌਰ ਨਹੀਂ, ਕੋਈ ਸਿੰਘ ਨਹੀਂ। ਇਵੇਂ ਤੁਹਾਨੂੰ ਮੈਂ ਬਹੁਤ ਸਾਰੀਆਂ ਦੇ ਸਕਦਾ ਕਿਉਂਕਿ ਮੈਂ ਤੁਹਾਡਾ ਸਮਾਂ ਨਹੀਂ ਜਾਇਆ ਕਰਨਾ। ਪਰਮਲ ਆਹ ਮੈਂ ਏਅਰ ਮਾਰਕ ਕਰਕੇ ਕੀਤੀਆਂ ਸਾਰੀਆਂ। ਇਹ ਹੈਗਾ ਪਹੇਵੇ ਦੀ ਕੁਰਕਸ਼ੇਤਰ ਹਲਕੇ ਦੀ ਜਿਹੜੀ ਆ ਇਹ ਲਿਸਟ ਆ। ਆਹ ਫਿਰ ਹੈਗੀ ਆ ਤੁਹਾਡੇ ਮੁਰਤਜਾਪੁਰ, ਆਹ ਮੁਰਤਜਾਪੁਰ ਪੇਜ ਨੰਬਰ ਜਿਹੜਾ ਸਾਡਾ ਇਹ ਆਪਣੇ 3, ਇਹ 11 ਨੰਬਰ ਸਰੋਜ ਰਾਣੀ, ਫਿਰ ਇੱਦਾਂ ਹੀ ਇਸੇ ਤਰਜ਼ ਦੇ ਉੱਤੇ ਜਸਕਾਰਨ ਕੱਲਾ, ਮੰਜੂ ਰਾਣੀ, ਰੀਤੂ ਰਾਣੀ, ਸੋਨੀਆ, ਜੋਤੀ, ਇਸੇ ਤਰਜ਼ ਦੇ ਉੱਤੇ ਬਹੁਤ ਸਾਰੇ ਜਿਹੜੇ ਸਾਡੇ ਕੱਲਾ, ਅਮਰਜੀਤ, ਸੋਨੀਆ, ਇੱਦਾਂ ਦੇ। ਮੇਰਾ ਕਹਿਣ ਤੋਂ ਭਾਵ
ਕਿ ਜਿਹੜੇ ਵੋਟਰ ਕੈਟਾਗਰੀ 'ਚ ਫਾਲ ਨਹੀਂ ਕਰਦੇ। ਕੌਰ ਤੇ ਸਿੰਘ ਚਾਹੀਦਾ, ਇਹ ਆ ਬੀਨਾ ਸੇਠੀ, ਕੋਈ ਨਾਲ ਕੌਰ ਨਹੀਂ, ਕੋਈ ਕੁਛ ਨਹੀਂ, ਫਾਦਰ ਦਾ ਨਾਂ ਵਰਿੰਦਰ ਸੇਠੀ। ਸੋ ਮੇਰਾ ਕਹਿਣ ਤੋਂ ਭਾਵ ਨੌਨ ਸਿੱਖ, ਇਹ ਵੋਟਾਂ ਨੌਨ ਸਿੱਖ ਦੀਆਂ ਹੀ ਆ। ਇੱਦਾਂ ਹੀ ਆ ਸ਼ਾਹਬਾਦ ਮਰਕੰਡੇ ਦੀਆਂ ਲਾਈਆਂ ਆ, ਇਸੇ ਤਰਜ ਦੇ ਉੱਤੇ ਆ ਥਲੇਸਰ ਆ ਇੱਕ ਥਾਣੇਸਰ, ਇਹਦੇ ਵਿੱਚ ਕੋਈ ਪਿੰਡ ਦਾ ਬੂਥ ਨਹੀਂ ਲਿਖਿਆ ਵੀ ਕਿਹੜੇ ਪਿੰਡ 'ਚ ਕਿੰਨੇ, ਕਿਹੜੇ ਹਲਕੇ 'ਚ ਕਿੰਨੇ ਪਿੰਡ ਪੈਂਦੇ ਆ। ਆਹ ਹੁਣ ਥਾਣੇਸਰ ਜਿਹੜਾ ਆ ਇਹਦੀਆਂ ਟੋਟਲ ਵੋਟਾਂ ਤੁਸੀਂ ਦੇਖੋਗੇ 1000 ਆ, ਪਰ 1000 ਵੋਟ ਕਿਹੜੇ ਪਿੰਡਾਂ ਦੀ ਆ ਇਹਦੇ ਬਾਰੇ ਕੋਈ ਵੇਰਵਾ ਨਹੀਂ ਰੱਖਿਆ ਗਿਆ। ਸੋ ਮੇਰਾ ਕਹਿਣ ਤੋਂ ਭਾਵ ਬਹੁਤ ਸਾਰੇ ਲਕੂਨੇ ਇਹਨਾਂ ਨੇ ਕਾਹਲੀ ਕਾਹਲੀ 'ਚ ਵੀ ਛੱਡ ਦਿੱਤੇ ਆ। ਅਸੀਂ ਇਹ ਚਾਹੁੰਦੇ ਸੀ ਵੀ ਇਹ ਕਿਸੇ ਢੰਗ ਦੇ ਨਾਲ ਚੋਣਾਂ ਹੋਣ, ਪਰ ਮੈਨੂੰ ਇਹ ਦਿਸਦਾ ਕਿ ਸਿੱਖਾਂ ਦੀ ਤਾਕਤ ਨੂੰ ਸਿੱਧੇ ਤੌਰ 'ਤੇ ਕਮਜ਼ੋਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਇਹ ਉਹਦੇ ਲਈ ਵੱਡੇ ਪੱਧਰ 'ਤੇ ਅੱਜ ਜਦੋ ਜਹਿਦ ਜਿਹੜੀ ਆ ਇਹਨਾਂ ਨੇ ਸਰਕਾਰ ਨੇ ਸ਼ੁਰੂ ਕਰ ਦਿੱਤੀ ਆ। ਔਰ ਇੰਨੀ ਕਾਹਲੀ ਦਾ ਪ੍ਰੋਸੈਸ ਕੀਤਾ ਕਿ 10 ਤੋਂ 16 ਤੱਕ ਨੋਮੀਨੇਸ਼ਨ, 17 ਨੂੰ ਸਕਰਿਊਟਨੀ ਅਤੇ 6 ਤਰੀਕ ਨੂੰ ਇਹਦੀਆਂ ਜਿਹੜੀਆਂ ਆ ਵੋਟਾਂ ਜਿਹੜੀਆਂ ਉਹ ਪੈਣਗੀਆਂ। ਸੋ ਮੈਂ ਜਿਹੜੇ ਸਾਡੇ ਜਸਟਿਸ ਭੱਲਾ ਜੀ, ਇਹ ਜਿਹੜੇ ਇਹਨਾਂ ਦੇ ਆਪਣੇ ਇਲੈਕਸ਼ਨ ਕਮਿਸ਼ਨ ਦੇ ਆਪਣੇ ਮੁੱਖ ਆ, ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਆਹ ਜਿੰਨੀਆਂ ਵੋਟਾਂ ਇਹਨਾਂ 'ਚ ਪਹਿਲਾਂ ਤਾਂ ਸੁਧਾਈ ਕੀਤੀ ਜਾਵੇ, ਔਰ ਦੂਜੀ ਇਹਨਾਂ ਦੇ ਵਿੱਚ ਬਾਈਫਰਕੇਸ਼ਨ ਕਰਕੇ ਕਿਹੜੇ ਪਿੰਡ 'ਚ ਕਿੰਨੀਆਂ ਕਿੰਨੀਆਂ ਵੋਟਾਂ ਆ, ਕੀ ਇਹਦਾ ਪ੍ਰੋਸੀਜਰ ਆ। ਤਾਂ ਮੇਰਾ ਖਿਆਲ ਬੋਕਸ ਵੋਟਾਂ ਪੈਣ ਲਈ ਅਤੇ ਉਹ ਤੋਂ ਇਲਾਵਾ ਜਿਨ੍ਹਾਂ ਦਾ ਕੋਈ ਐਡਰੈਸ ਹੀ ਕੋਈ ਨਹੀਂ ਗਾ, ਉਹ ਪੈਣ ਲਈ ਬੜਾ ਵੱਡਾ ਇੱਕ ਲਕੂਨਾ ਹੋ ਜਾਊਗਾ। ਸੋ ਮੈਂ ਨਿਮਰਤਾ ਸਾਹਿਬ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਇਹਨਾਂ ਆਹ ਸਾਰੀ ਜਿੰਨੀ ਵੋਟਰ ਲਿਸਟ ਬਣਾਈ ਆ ਹਰਿਆਣੇ ਦੀ, ਇਹਦੀ ਥੋੜ੍ਹੀ ਜਿਹੀ ਰਿਵਾਈਜ਼ ਕਰੋ, ਕਾਹਲੀ 'ਚ ਨਾ ਕੋਈ ਪ੍ਰੋਸੈਸ ਕਰੋ। ਅਤੇ ਕਾਹਲੀ ਕਾਹਲੀ ਕਰਦੇ ਹਰਿਆਣਾ ਕਮੇਟੀ ਜਿਹੜੀ, ਉਹਦਾ ਅਸੀਂ ਪਟੀਸ਼ਨਾਂ ਵੀ ਪਾਈਆਂ ਆ, ਉਹ ਆਲਰੇਡੀ ਹਾਈ ਕੋਰਟ ਦੇ ਵਿੱਚ ਪੈਂਡਿੰਗ ਵੀ ਆ। ਪਰ ਇਹ ਸਾਰੀ ਕਾਹਲੀ ਮੈਂ ਸਮਝਦਾ ਉਹ ਪਟੀਸ਼ਨਾਂ ਨੂੰ ਲਾਂਭੇ ਕਰਨ ਲਈ ਇੱਕ ਇਹ ਯਤਨ ਕੀਤਾ ਜਾ ਰਿਹਾ। ਸੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਗੱਲ ਮਹਿਸੂਸ ਕਰਦੀ ਆ ਕਿ ਨੌਨ ਸਿੱਖ ਉਹ ਆਪਣੀਆਂ ਅਸੈਂਬਲੀ 'ਚ ਵੋਟਾਂ ਪਾਉਣ ਮੁਬਾਰਕ ਆ, ਪਰ ਦਿੱਲੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਵੇਂ ਦੀ ਜਿਹੜੀਆਂ ਵੋਟਾਂ ਬਣਾਉਣੀਆਂ ਉਹ ਵਾਜਬ ਨਹੀਂ। ਇਹ ਮੈਂ ਤਾਂ ਕਹਿ ਹੀ ਰਿਹਾ, ਪਰ ਇਹਨਾਂ ਦਾ ਜਿਹੜਾ ਸਰਦਾਰ ਭੁਪਿੰਦਰ ਸਿੰਘ ਸੰਧ, ਜਿਹੜਾ ਇਹਨਾਂ ਦਾ ਹੁਣ ਮੌਜੂਦਾ ਪ੍ਰਧਾਨ ਆ, ਉਹਨੇ ਵੀ ਕੱਲ੍ਹ ਮੇਰਾ ਖਿਆਲ ਇਹ ਕੁਐਰੀ ਪਾਈ ਆ ਵੀ ਇਹ ਜਿਹੜੀਆਂ ਵੋਟਾਂ ਆ ਇਹ ਬਣ ਨਹੀਂ ਸਕਦੀਆਂ, ਇਹ ਬੈਲਟ ਨੇਗੀਆਂ। ਸੋ ਇਸ ਕਰਕੇ ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿਨੋਂ ਦਿਨ ਵੱਡੀਆਂ ਚੁਣੌਤੀਆਂ ਦਿੱਤੀਆਂ ਜਾ ਰਹੀਆਂ, ਤਾਕਤਾਂ ਦੇ ਪ੍ਰਬੰਧ ਖੋਏ ਜਾ ਰਹੇ ਆ, ਇਹ ਕਿਸਮ ਨਾਲ ਖੋਏ ਜਾ ਰਹੇ। ਪਰ ਮੈਂ ਇਹ ਕਹਿ ਸਕਦਾ ਕਿ ਅਸੀਂ ਸਿੱਧੇ ਤੌਰ 'ਤੇ ਇਹ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਦਾ ਪ੍ਰਬੰਧ, ਉਹਨੂੰ ਆਪਾਂ ਦਖਲਅੰਦਾਜ਼ੀ ਨਾ ਕਰੀਏ, ਨਹੀਂ ਤਾਂ ਫਿਰ ਸਾਊਥ ਦੀਆਂ ਜਥੇਬੰਦੀਆਂ ਤਾਂ ਅੱਜ ਤਿਆਰ ਬੈਠੀਆਂ, ਫਿਰ ਬਾਕੀ ਸਾਡੀ ਵੀ ਲੋੜ ਹੋਊਗੀ, ਅਸੀਂ ਵੀ ਇਸ ਗੱਲ ਦੇ ਉੱਤੇ ਨਾਲ ਆ ਉਹਨਾਂ ਦੇ। ਉਹਨਾਂ ਦੇ ਨਾਲ ਨਹੀਂ, ਕਿਉਂਕਿ ਪਵਿੱਤਰ ਤਾਕਤ ਆ, ਉਸ ਤਖ਼ਤ ਦਾ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਸ ਅਫੀਸ਼ੀਓ ਮੈਂਬਰ ਵੀ ਹੁੰਦਾ, ਜਿਹੜੇ ਤਾਕਤਾਂ ਦੇ ਪੰਜਾਂ ਦੇ ਪੰਜ ਸਿੰਘ ਸਾਹਿਬਾਨ ਆ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਸ ਅਫੀਸ਼ੀਓ ਮੈਂਬਰ ਵੀ ਹੁੰਦੇ ਆ। ਸੋ ਇਸ ਕਰਕੇ ਤੁਹਾਨੂੰ ਕਾਸ਼ਟ ਤਾਂ ਦਿੱਤਾ ਗਿਆ ਕਿ ਇੱਕ ਤਾਂ ਇਹ ਹਜ਼ੂਰ ਸਾਹਿਬ ਦਾ ਬੋਰਡ, ਦੂਜਾ ਆ ਕਾਹਲੀ ਕਾਹਲੀ 'ਚ ਜਿਹੜੇ ਸਟੈਪ ਚੱਕੇ ਆ, ਹਰਿਆਣੇ ਦੇ ਵਿੱਚ ਇੰਨੇ ਲਕੂਨੇ ਛੱਡੇ ਆ, ਹੋਰ ਵੀ ਬਹੁਤ ਸਾਰੇ ਲਕੂਨੇ ਆ, ਉਹ ਸਾਰੇ ਚੀਮਾ ਸਾਹਿਬ ਤੁਹਾਡੇ ਨਾਲ ਫਿਰ ਬੈਠ ਕੇ ਦੂਜੀ ਮੇਰੇ ਤੋਂ ਬਾਅਦ ਡਿਸਕਸ ਕਰ ਲੈਂਦੇ ਆ।
ਸੋ ਮੈਂ ਇਹੋ ਬੇਨਤੀ ਕਰਨੀ ਚਾਹੁੰਦਾ ਕਿ ਇਹ ਭੱਲਾ ਸਾਹਿਬ ਇਹ ਜਿਹੜੇ ਲਕੂਨੇ ਆ ਇਹ ਇੱਕ ਮਤਲਬ ਕਹਿ ਲਓ ਤੁਸੀਂ ਵੀ ਇਹ ਹਿਟਲਰ ਰਾਜ ਨਹੀਂ ਇਹ ਡੈਮੋਕਰੇਸੀ ਆ ਅਤੇ ਹਰ ਇੱਕ ਜਥੇਬੰਦੀ ਨੂੰ ਅਧਿਕਾਰ ਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਕਾਰ ਦਾ ਸਿੱਖਾਂ ਦੀ ਜਮਾਤ ਆ 103 ਸਾਲ ਪੁਰਾਣੀ ਅਤੇ ਐਟਲੀਸਟ ਹਰ ਇੱਕ ਪਾਰਟੀ ਨੂੰ ਰਜਿਸਟਰੇਸ਼ਨ ਦਾ ਜਿਹੜਾ ਆ ਉਹ ਪ੍ਰੋਵੀਜ਼ਨ ਦੇਣਾ ਚਾਹੀਦਾ ਜੇ ਐਕਟ ਬਣਾ ਤਾ ਹੀ ਨਹੀਂ ਕਾਹਲੀ ਕਾਹਲੀ ਦੇ ਨਾਲ ਅਤੇ ਉਹਦੇ ਵਿੱਚ 100 ਅਮੈਂਡਮੈਂਟਾਂ ਬਾਅਦ ਦੇ ਵਿੱਚ ਹੋ ਜਾਂਦੀਆਂ ਆ ਸੋ ਮੈਂ ਸਮਝਦਾ ਹਾਂ ਕਿ ਇਹ ਅੱਜ ਲਗਾਤਾਰ ਜਿਹੜੇ ਹਮਲੇ ਜਾਰੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਇਹ ਵੀ ਇੱਕ ਮੈਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰਦੇ ਹਾਂ ਕਈ ਵਾਰੀ ਸਵਾਲ ਉਠਾਉਂਦੇ ਆ ਪ੍ਰੈਸ ਦੇ ਵਿੱਚ ਵੀ ਕਈ ਵਾਰੀ ਟਵੀਟ ਕਰਕੇ ਵੀ ਕਹਿੰਦੇ ਆ ਵੀ ਹੁਣ ਅਕਾਲੀ ਦਲ ਤਾਂ ਕੀਤੀ ਜਾਊਗੀ ਮੰਨ ਲਓ ਉਹਦੇ ਹੱਕ 'ਚ ਬੋਲਿਆ ਮੈਂ ਤਾਂ ਉਹਦੇ ਹੱਕ ਦਾ ਮੈਂ ਤਾਂ ਹੈ ਹੀ ਉਹਨਾਂ ਦਾ ਹੱਕ ਤਾਂ ਮੈਂ ਤਾਂ ਮੇਰੇ 'ਤੇ ਕੋਈ ਕੁਐਰੀ ਕਰੋ ਜੇ ਮੈਂ ਬਗਾਨਾ ਹੋਵਾਂ ਮੈਨੂੰ ਤਾਂ ਇਸ ਗੱਲ ਦਾ ਮਾਣ ਆ ਵੀ ਮੈਂ ਅਕਾਲੀ ਆ ਅਤੇ ਅਕਾਲੀ ਕਰਕੇ ਮੈਨੂੰ ਟਿਕਟ ਮਿਲੀ ਨਾ ਅਤੇ ਤਾਂ ਹੀ ਮੈਂ 1996 ਤੋਂ ਲਗਾਤਾਰ 27 ਸਾਲ ਦਾ ਚੁਣਦਾ ਆ ਰਿਹਾ ਇੱਕ ਪੇਰੈਂਟ ਜਥੇਬੰਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰੱਖਿਆ ਲਈ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ ਅਤੇ ਔਰ ਹਮੇਸ਼ਾ ਹੀ ਰਹੀ ਆ ਵੀ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਕਾਲ ਦਿੱਤੀ ਅਕਾਲੀ ਦਲ ਮੋਹਰੇ ਹੋ ਕੇ ਲੜਿਆ ਇਹਨਾਂ ਦਾ ਮਿਸਾਲਾਂ ਸਾਡੇ ਕੋਲ ਇਤਿਹਾਸ ਦੇ ਵਿੱਚ ਬਹੁਤ ਮਿਲਦੀਆਂ ਸੋ ਅਸੀਂ ਯਤਨ ਕਰ ਰਹੇ ਹਾਂ ਕਿ ਆਹ ਜਿਹੜਾ ਪ੍ਰਬੰਧ ਪਟਨ ਹਜ਼ੂਰ ਸਾਹਿਬ ਦਾ ਇਹ 'ਚ ਕੋਈ ਛੇੜਛਾੜ ਨਾ ਕੀਤੀ ਜਾਵੇ ਪੁਰਾਣੀ ਤਰਜ਼ 'ਤੇ ਚੱਲਿਆ ਜਾਣ ਦਿੱਤਾ ਜਾਵੇ ਅਤੇ ਆਹ ਜਿਹੜੀਆਂ ਲਕੂਨੇ ਹਰਿਆਣਾ ਕਮੇਟੀ ਦੇ ਚੋਣਾਂ ਦੇ ਵਿੱਚ ਆ ਇਹ ਤੁਰੰਤ ਜਿਹੜੇ ਆ ਉਹ ਦੂਰ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਤਾਂ ਪ੍ਰਧਾਨ ਸਾਹਿਬ ਨੇ ਬੜੇ ਵਿਸਤਾਰ ਦੇ ਵਿੱਚ ਸਾਰੇ ਜਿਹੜੀਆਂ ਤਰੁੱਟੀਆਂ ਨੇ ਉਹ ਤੁਹਾਡੇ ਸਾਹਮਣੇ ਰੱਖੀਆਂ ਪੰਜਾਬ ਦੇ ਵਿੱਚ ਵੀ ਪਿੱਛੇ ਡੈਮੋਕਰੇਸੀ ਦੇ ਨਾਂ ਦੇ ਉੱਤੇ ਇੱਕ ਵੱਡਾ ਤਮਾਸ਼ਾ ਪੰਚਾਇਤ ਚੋਣਾਂ ਦੇ ਸੰਬੰਧ ਦੇ ਵਿੱਚ ਸਾਡੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਉਡੀਕਿਆ ਸੀ ਅਤੇ ਜਦੋਂ ਹਾਈਕੋਰਟ ਦੇ ਵਿੱਚ ਗਿਆ ਸੀ ਅਤੇ ਬੜੇ ਵੱਡੇ ਕੁਐਸਚਨ ਉੱਥੇ ਖੜ੍ਹੇ ਹੋਏ ਸੀ ਅਤੇ ਉਦੋਂ ਬਾਅਦ ਉਹ ਇਲੈਕਸ਼ਨ ਨੋਟੀਫਿਕੇਸ਼ਨ ਉਹਨਾਂ ਨੂੰ ਵਾਪਸ ਲੈਣਾ ਪਿਆ ਸੀ ਪਰ ਮੈਨੂੰ ਲੱਗਦਾ ਕਿ ਸਾਡੇ ਗੁਆਂਢੀ ਸੂਬੇ ਦੇ ਜਿਹੜਾ ਹੈਗਾ ਉਸ ਗੱਲ ਤੋਂ ਸਬਕ ਨਹੀਂ ਸਿੱਖਿਆ ਇਹ ਤਾਂ ਹੁਣ ਖੱਟੜ ਸਾਹਿਬ ਦੱਸ ਸਕਦੇ ਆ ਕਿ ਉਹਨਾਂ ਨੂੰ ਕਾਹਲੀ ਕਿਸ ਗੱਲ ਦੀ ਹੈ ਕਿ ਪਹਿਲੀ ਤਾਂ ਗੱਲ ਹੈ ਕਿ ਜਿਹੜਾ ਜੂਰਿਸਡਿਕਸ਼ਨ ਦਾ ਇਸ਼ੂ ਹੈ ਜਿਹਦਾ ਜ਼ਿਕਰ ਧਾਮੀ ਸਾਹਿਬ ਨੇ ਬਕਾਇਦਾ ਕੀਤਾ ਕਿ ਹਾਈਕੋਰਟ ਦੇ ਵਿੱਚ ਇਸ ਗੱਲ ਨੂੰ ਚੈਲੰਜ ਕੀਤਾ ਗਿਆ ਕਿ 1925 ਦੇ ਐਕਟ ਜਿਹੜਾ ਉਹ ਅੱਜ ਦੀ ਡੇਟ 'ਚ ਉਸੇ ਤਰ੍ਹਾਂ ਸਟੈਂਡ ਕਰਦਾ ਔਰ ਜਿਹੜਾ ਹਰਿਆਣੇ ਦਾ ਐਕਟ ਬਣਿਆ ਇਹ ਜਿਹੜਾ ਹੈਗਾ ਇਹ ਉਹਦਾ ਜਿਹੜਾ ਏਰੀਆ ਹੈ ਉਹਦੇ 'ਤੇ ਇਨਕਰੋਚ ਨਹੀਂ ਕਰ ਸਕਦਾ ਕਿਉਂਕਿ ਉਹ ਪਾਰਲੀਮੈਂਟ ਦਾ ਐਕਟ ਹੈ ਅਤੇ ਜਦੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਸੀ ਵੋਟਾਂ ਬਣਨੀਆਂ ਸ਼ੁਰੂ ਹੋਈਆਂ ਅਤੇ ਉਦੋਂ ਹਰਿਆਣੇ ਦੇ ਸਾਡੇ ਇੱਥੇ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਮਸਾਣਾ ਸਾਹਿਬ ਵੀ ਬੈਠੇ ਆ ਪਹਿਲੇ ਜਿਹੜੇ ਸੀਨੀਅਰ ਮੀਤ ਪ੍ਰਧਾਨ ਰਹੇ ਆ ਬਲਦੇਵ ਸਿੰਘ ਕੈਂਪਰ ਵੀ ਬੈਠੇ ਆ ਹਰਿਆਣੇ ਦੇ ਬਾਕੀ ਲੀਡਰ ਸਾਹਿਬਾਨ ਵੀ ਬੈਠੇ ਇਹ ਚੁਣੇ ਹੋਏ ਮੈਂਬਰ ਜਿਹੜੇ ਆ ਇਹਨਾਂ ਨੇ ਕਿਹਾ ਸੀ ਕਿ ਅਸੀਂ ਹਰਿਆਣੇ ਦੇ ਚੁਣੇ ਹੋਏ ਮੈਂਬਰ ਆ ਸਾਡਾ 1925 ਦਾ ਐਕਟ ਅੱਜ ਵੀ ਉਸੇ ਤਰ੍ਹਾਂ ਸਟੈਂਡ ਕਰਦਾ ਤੇ ਹਾਈਕੋਰਟ ਦੇ ਵਿੱਚ ਇਹਨਾਂ ਨੇ ਪਟੀਸ਼ਨ ਪਾਈ ਆ ਕਿ ਇਹ ਦੱਸੋ ਕਿ ਸਾਡੀਆਂ ਵੋਟਾਂ ਜਿਹੜੀਆਂ ਨੇ ਉਹ ਹਰਿਆਣੇ ਦੇ ਵਿੱਚ ਕਿਉਂ ਨਹੀਂ ਬਣਨੀਆਂ ਸ਼ੁਰੂ ਹੋਈਆਂ
ਔਰ ਉਹ ਮਾਮਲਾ ਹਜੇ ਹਾਈਕੋਰਟ ਦੇ ਵਿੱਚ ਚੱਲ ਰਿਹਾ। ਉਹਦੀ ਤਰੀਕ ਸ਼ਾਇਦ 26 ਇਸ ਮਹੀਨੇ ਦੀ ਜਿਹੜੀ ਆ ਉਹ ਹਾਈਕੋਰਟ ਦੇ ਵਿੱਚ। ਇਸੇ ਗੱਲ ਨੇ ਸ਼ਾਇਦ ਕੰਪਨੀ ਜਿਹੜੀ ਆ ਉਹ ਹਰਿਆਣਾ ਸਰਕਾਰ ਨੂੰ ਛੇੜ ਦਿੱਤੀ ਕਿ ਜੇ ਉੱਥੇ ਫੈਸਲਾ ਇਹਨਾਂ ਦੇ ਹੱਕ 'ਚ ਆ ਗਿਆ ਕਿ ਇਹ ਵੋਟਾਂ ਦੇ ਹੱਕਦਾਰ ਨੇ, ਕਿਉਂਕਿ 1925 ਦੇ ਐਕਟ ਦੇ ਮੁਤਾਬਕ ਇਹ ਮੈਂਬਰ ਵੀ ਸਟੈਂਡ ਕਰਦੇ ਆ, ਜਿੰਨੀ ਦੇਰ ਤੱਕ ਪਾਰਲੀਮੈਂਟ ਜਿਹੜੀ ਆ ਉਹ ਗੁਰਦੁਆਰੇ ਉਹਦੇ 'ਚੋਂ ਕੱਢਦੀ ਨਹੀਂ ਉਨੀ ਦੇਰ ਤੱਕ ਉਹ ਐਕਟ ਉਸੇ ਤਰ੍ਹਾਂ ਹੀ ਸਟੈਂਡ ਕਰਦਾ, ਉਹ ਪ੍ਰਾਪਰਟੀਆਂ ਉਸੇ ਤਰ੍ਹਾਂ ਹੀ ਸਟੈਂਡ ਕਰਦੀਆਂ। ਇਹ ਗੱਲ ਵੱਖਰੀ ਹੈ ਕਿ ਇਲੀਗਲ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਹਰਿਆਣਾ ਸਰਕਾਰ ਨੇ ਕਾਬਜ਼ ਜਿਹੜੀ ਆ ਉਹ ਕਮੇਟੀ ਆਪ ਆਪਣੀ ਮਨਮਰਜ਼ੀ ਦੀ ਬਣਾ ਕੇ ਕਰ ਦਿੱਤੀ, ਚੁਣੇ ਹੋਏ ਮੈਂਬਰਾਂ ਤੋਂ ਅਧਿਕਾਰ ਖੋਲ੍ਹਿਆ। ਅਤੇ ਉਸੇ ਗੱਲ ਤੋਂ ਲੱਗਦਾ ਕਿ ਇਹਨਾਂ ਨੂੰ ਲੱਗਿਆ ਕਿ ਆਪਾਂ ਜਿਹੜਾ ਅਗਲਾ ਕੰਮ ਵੀ ਛੇਤੀ ਕਰ ਲਓ। ਪਰ ਇਸ ਤਰ੍ਹਾਂ ਦੇ ਇਲੀਗਲ ਕੰਮ ਜਿਹੜੇ ਆ ਕਿਸੇ ਵੀ ਸਟੇਟ ਗੌਰਮੈਂਟ ਨੂੰ ਉਹ ਸ਼ੋਭਾ ਨਹੀਂ ਦਿੰਦੇ, ਕਿਉਂਕਿ ਇਹ ਜਿਹੜੀਆਂ ਇੰਸਟੀਟਿਊਸ਼ਨ ਬਣਾਈਆਂ ਗਈਆਂ ਸੀ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਹੋਰ, ਇਸ ਮਕਸਦ ਵਾਸਤੇ ਬਣਾਈਆਂ ਗਈਆਂ ਸੀ ਕਿ ਸੰਗਤ ਆਪਣੇ ਨੁਮਾਇੰਦੇ ਚੁਣੇ। ਇਹ ਅਧਿਕਾਰ ਨਹੀਂ ਸੀ ਦਿੱਤਾ ਕਿ ਸਰਕਾਰਾਂ ਆਪਣੀ ਮਨਮਰਜ਼ੀ ਦੇ ਜਿਹੜੇ ਆ ਉਹ ਨੁਮਾਇੰਦੇ ਜਿਹੜੇ ਆ ਉਹ ਕਰਨ। ਇਸ ਕਰਕੇ ਇੱਕ ਤਾਂ ਮੈਂ ਖੱਟੜ ਸਾਹਿਬ ਨੂੰ ਬੇਨਤੀ ਕਰਦਾ ਕਿ ਇਹ ਕੰਮ ਇਸ ਤਰ੍ਹਾਂ ਦਾ ਤੁਹਾਨੂੰ ਕਰਨਾ ਸ਼ੋਭਾ ਨਹੀਂ ਦਿੰਦਾ, ਇਸ ਨੋਟੀਫਿਕੇਸ਼ਨ ਨੂੰ ਆਪ ਹੀ ਰੋਕੋ, ਇਹ ਗਲਤ ਹੈ। ਤੁਸੀਂ ਉਸ ਘਬਰਾਹਟ ਦੇ ਵਿੱਚੋਂ ਕੀਤਾ, ਇਹ ਤੁਹਾਨੂੰ ਰੋਕਣਾ ਚਾਹੀਦਾ ਔਰ ਹਰਿਆਣੇ ਦੀ ਸਿੱਖ ਸੰਗਤ ਦੇ ਨਾਲ ਇਨਸਾਫ ਕਰਨਾ ਚਾਹੀਦਾ। ਦੂਜੀ ਗੱਲ ਹੈ ਕਿ ਜਿਹੜਾ ਰੋਲ ਹੈ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦਾ, ਉਹ ਵੀ ਮੈਂ ਸਮਝਦਾ ਕਿ ਧਾਮੀ ਸਾਹਿਬ ਨੇ ਕਾਫੀ ਕੁਛ ਕਿਹਾ, ਅਸੀਂ ਹਮੇਸ਼ਾ ਹੀ ਜਿਹੜੇ ਕਮਿਸ਼ਨ ਹੈ ਇਹਨਾਂ ਦਾ ਸਤਿਕਾਰ ਕਰਦੇ, ਕਿਉਂਕਿ ਸਾਡੀ ਰਵਾਇਤ ਰਹੀ ਹੈ ਅਸੀਂ ਹਮੇਸ਼ਾ ਹੀ, ਚਾਹੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਾਂ ਬਾਕੀ ਹੈ, ਅਸੀਂ ਇਹਨਾਂ ਸੰਸਥਾਵਾਂ ਦਾ ਸਤਿਕਾਰ ਹਮੇਸ਼ਾ ਕਰਦੇ ਹਾਂ। ਪਰ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਦਾ ਵੀ ਲੱਗਣਾ ਚਾਹੀਦਾ ਕਿ ਉਹ ਫ੍ਰੀ ਨੇ ਬਿਲਕੁਲ, ਕਿਸੇ ਵੀ ਪੱਖਪਾਤ ਦੇ ਵਿੱਚ ਜਿਹੜਾ ਉਹ ਨਹੀਂ ਆਉਂਦੇ। ਇਹ ਹੁਣ ਇਸ ਚੀਜ਼ ਦੇ ਵਿੱਚ ਇਹ ਗੱਲ ਨਜ਼ਰ ਨਹੀਂ ਆਉਂਦੀ ਪਹਿਲਾਂ ਤੇ ਕਿ ਹਾਲੇ ਤੱਕ ਕਮਿਸ਼ਨ ਨੇ ਜਦੋਂ ਦਾ ਬਣਿਆ ਕਦੀ ਵੀ ਜਿਹੜੀ ਹੈ ਨਾ ਪਾਰਟੀਆਂ ਦੀ, ਨਾ ਐਸ ਜੀ ਪੀ ਸੀ ਦੀ, ਨਾ ਹੋਰ ਧਾਰਮਿਕ ਜਥੇਬੰਦੀਆਂ ਦੀ ਕਿਸੇ ਦੀ ਮੀਟਿੰਗ ਕਰਕੇ ਕਦੀ ਸੁਝਾਅ ਲੈਣੇ ਵੀ ਠੀਕ ਨਹੀਂ ਸਮਝੇ, ਜਿਹੜੇ ਮੈਂ ਸਮਝਦਾ ਕਿ ਕਮਿਸ਼ਨ ਵਾਸਤੇ ਵਾਜਬ। ਇਲੈਕਸ਼ਨ ਕਮਿਸ਼ਨ ਹੁਣ ਤੱਕ ਹਰ ਮਹੀਨੇ ਸਾਡੀਆਂ ਮੀਟਿੰਗਾਂ ਕਰਦਾ, ਕਿਉਂਕਿ ਜੋ ਸਾਨੂੰ ਫੀਲਡ ਦੇ ਵਿੱਚੋਂ ਆਪਣਾ ਇਨਪੁੱਟ ਲੱਗਦਾ ਕਿ ਆਹ ਚੀਜ਼ ਇੰਪਰੂਵ ਕਰਨ ਵਾਲੀ ਹੈ, ਉਹ ਅਸੀਂ ਹਮੇਸ਼ਾ ਜਾ ਕੇ ਕਮਿਸ਼ਨਾਂ ਦੇ ਅੱਗੇ ਰੱਖਦੇ ਹਾਂ ਔਰ ਉਹਦੇ ਮੁਤਾਬਕ ਕਮਿਸ਼ਨ ਹਮੇਸ਼ਾ ਆਉਣ ਵਾਲੇ ਸਮੇਂ ਦੇ ਵਿੱਚ ਸੁਧਾਰ ਵੀ ਕਰਦਾ। ਕੋਈ ਫੈਸਲਾ ਨਹੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿੱਥੇ ਸਾਨੂੰ ਉਹ ਬੁਲਾਉਂਦੇ ਨਹੀਂ, ਸਾਰੀਆਂ ਪਾਰਟੀਆਂ, ਕਿੰਨੀਆਂ ਵੱਡੀਆਂ ਪਾਰਟੀਆਂ ਹੋ ਜਾਂਦੀਆਂ ਦੇਸ਼ ਦੇ ਵਿੱਚ, ਲੇਕਿਨ ਹਮੇਸ਼ਾ ਬੁਲਾ ਕੇ ਲਿਖਤੀ ਰੂਪ ਦੇ ਵਿੱਚ ਵੀ ਸਾਰਾ ਕੁਝ ਚਿੱਠੀ ਪੱਤਰ ਦੇ ਰਾਹੀਂ ਵੀ ਸਾਡੇ ਸੁਝਾਅ ਲਏ ਜਾਂਦੇ ਆ, ਇੱਥੇ ਕਿਤੇ ਵੀ ਉਹ ਕੰਮ ਨਹੀਂ ਕੀਤਾ ਗਿਆ। ਅਤੇ ਫਿਰ ਦੂਜੀ ਗੱਲ ਹੈ ਕਿ ਹਾਲੇ ਵੋਟਾਂ ਕਿੰਨੀਆਂ ਰਜਿਸਟਰ ਹੋਈਆਂ ਹਰਿਆਣੇ ਦੇ ਵਿੱਚ, ਇਸ ਗੱਲ ਦੀ ਵੀ ਕਮਿਸ਼ਨ ਨੂੰ ਚਿੰਤਾ ਹੋਣੀ ਚਾਹੀਦੀ ਹੈ ਕਿ ਤੁਸੀਂ ਜੇ ਇਲੈਕਸ਼ਨ ਕਰਾਉਣੀ ਹੈ। ਕਮਿਸ਼ਨ ਤਾਂ ਕਈ ਤਰ੍ਹਾਂ ਦੇ ਰੋਲ ਮਾਡਲ ਜਿਹੜੇ ਆ ਤੈਅ ਕਰਦੇ ਆ, ਕਈਆਂ ਨੂੰ ਅੰਬੈਸਡਰ ਬਣਾਉਂਦੇ ਆ ਆਪਣੇ, ਕਿ ਵੋਟਰ ਨੂੰ ਉਤਸ਼ਾਹਿਤ ਕਰੀਏ ਕਿ ਵੱਧ ਤੋਂ ਵੱਧ ਲੋਕ ਡੈਮੋਕ੍ਰੇਸੀ ਦੇ ਵਿੱਚ ਪਾਰਟੀਸਪੇਟ ਕਰਨ। ਅਤੇ ਜਿਹੜੀ ਗੁਰਦੁਆਰਾ ਦੀ ਡੈਮੋਕ੍ਰੇਸੀ ਹੈ ਇਹਨੂੰ ਇੰਨਾ ਅਣਗੋਲਿਆ ਕਿਉਂ ਕਰਦੇ ਹੋ ਕਿ ਜੇ ਤੁਹਾਨੂੰ ਪਤਾ ਹੈ ਕਿ ਤੁਹਾਡੀਆਂ ਵੋਟਾਂ ਹਰਿਆਣੇ ਦੇ ਸਿੱਖਾਂ ਦੀ ਗਿਣਤੀ ਦੇ ਮੁਤਾਬਕ ਬਹੁਤ ਘੱਟ ਨੇ, ਤਾਂ ਤੁਸੀਂ ਕਾਹਲੀ ਕਿਉਂ ਨਹੀਂ ਕਰਦੇ? ਤੁਸੀਂ ਸਟੇਟ ਗਵਰਨਮੈਂਟ ਨੂੰ ਲਿਖਦੇ ਕਿਉਂ ਨਹੀਂ ਕਿ ਮਹਿਮਾ ਹੋਰ ਚਲਾਓ? ਸਗੋਂ ਪਹਿਲਾਂ ਇੱਕ ਫਾਰਮ ਬਣਾਇਆ ਸੀ, ਫਿਰ ਉਹ ਫਾਰਮ ਬਦਲ ਦਿੱਤਾ ਗਿਆ। ਅਤੇ ਇਹੋ ਜਿਹੀ ਥਾਂ 'ਤੇ ਜਿੱਥੇ ਜਿਹੜੀ ਹੈਗੀ ਹੈ ਇਕੱਲੇ ਸਿੱਖ ਨੂੰ ਨਾ ਕੋਈ ਇਨਫੋਰਮੇਸ਼ਨ ਹੈ, ਨਾ ਕੋਈ ਪਰਿਵਾਰਾਂ ਨੂੰ ਇਨਫੋਰਮੇਸ਼ਨ ਹੈ,
ਉਹ ਵਿਚਾਰੇ ਦੂਜਾ ਫਾਰਮ ਬਦਲ ਕੇ ਰੱਖ ਦਿੱਤਾ, ਕਈ ਤੇ ਇਸੇ ਭੁਲੇਖੇ ਕਿ ਅਸੀਂ ਪਹਿਲਾਂ ਫਾਰਮ ਭਰ ਦਿੱਤਾ ਤੇ ਉਸ ਤੋਂ ਬਾਅਦ ਦੂਜਾ ਫਾਰਮ ਨੀ ਕਈਆਂ ਨੇ ਭਰਿਆ। ਇਹ ਤਾਂ ਹਿੰਮਤ ਮਾਰ ਕੇ ਲੋਕਲ ਸੰਸਥਾਵਾਂ ਨੇ ਕੁਛ ਵੋਟਰ ਰਜਿਸਟਰ ਕਰਾਏ ਆ, ਅਦਰਵਾਈਜ਼ ਸਰਕਾਰ ਦਾ ਐਟੀਚਿਊਡ ਤਾਂ ਇਹ ਸੀ ਕਿ ਜਿਹੜੇ ਪਹਿਲੀ ਵਾਰੀ ਭਰੇ ਗਏ ਉਹ ਕਹਿਤਾ ਜੀ ਫਾਰਮ ਗਲਤ ਹੋ ਗਿਆ, ਉਹਦੇ ਚ ਆਹ ਲਿਖਣਾ ਸੀ ਕਿ ਸਾਰੇ ਧਰਮ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ, ਉਹਦੇ ਕਰਕੇ ਫਾਰਮ ਚੇਂਜ ਹੋ ਗਿਆ। ਤੇ ਪਹਿਲੇ ਜਿਹੜੇ ਭਰੇ ਸੀ ਕਿ ਦੁਬਾਰਾ ਉਹਨਾਂ ਕੋਲ ਇਕੱਲੇ ਇਕੱਲੇ ਕੋਈ ਪਟਵਾਰੀ ਕੋਈ ਗਿਆ ਕਿ ਤੁਸੀਂ ਆਹ ਚੀਜ਼ ਪਹਿਲਾਂ ਨਹੀਂ ਸੀ, ਇਹ ਹੁਣ ਤੁਸੀਂ ਦੁਬਾਰਾ ਸਾਈਨ ਕਰਕੇ ਦਿਓ। ਕਿਤੇ ਵੀ ਕੋਈ ਏਦਾਂ ਦੀ ਮੁਹਿੰਮ ਨਹੀਂ ਚੱਲੀ। ਔਰ ਜਿਹੜੇ ਗਲਤ ਵੋਟਰ ਰਜਿਸਟਰ ਹੋਏ ਆ, ਜਿਹੜੇ ਨਹੀਂ ਰਜਿਸਟਰ ਹੋਣੇ ਚਾਹੀਦੇ, ਉਹ ਕਿੰਨਾ ਰੌਲਾ ਪਿਆ, ਕਿੰਨੀਆਂ ਪੂਰੀਆਂ ਪੂਰੀਆਂ ਲਿਸਟਾਂ ਅਖਬਾਰਾਂ ਦੇ ਵਿੱਚ ਛਪੀਆਂ, ਪਰ ਕਮਿਸ਼ਨ ਨੇ ਤਸੱਲੀ ਕਰਾਉਣੀ ਠੀਕ ਨਹੀਂ ਸਮਝੀ। ਹੁਣ ਵੀ ਪ੍ਰਧਾਨ ਸਾਹਿਬ ਨੇ ਉਹਦੇ ਵਿੱਚੋਂ ਨਾਂ ਜਿਹੜੇ ਆ ਪੜ੍ਹ ਕੇ ਦੱਸ ਦਿੱਤੇ ਆ। ਔਰ ਅਗਲੀ ਗੱਲ ਜਿਹੜੀ ਜ਼ਿਆਦਾ ਇੰਪੋਰਟੈਂਟ ਹੈ, ਕਮਿਸ਼ਨ ਨੇ ਜਿਹੜਾ ਪ੍ਰੈਸ ਰਿਲੀਜ਼ ਅੱਜ ਜਾਰੀ ਕੀਤਾ ਉਹਦੇ ਵਿੱਚ ਜ਼ਿਕਰ ਕੀਤਾ ਕਿ 390 ਪੋਲਿੰਗ ਸਟੇਸ਼ਨ ਬਣਾਏ ਗਏ ਆ ਸਾਰੇ ਹਰਿਆਣੇ ਵਾਸਤੇ, 390। ਹੁਣ ਦੱਸੋ ਜੀ 390 ਪੋਲਿੰਗ ਸਟੇਸ਼ਨ ਕੀ ਸਾਰੇ ਹਰਿਆਣੇ ਦੇ ਸਿੱਖ ਵੋਟਰਾਂ ਵਾਸਤੇ ਜਸਟਿਸ ਹੈ? ਕਿਉਂਕਿ ਆਬਾਦੀ ਉੱਥੇ ਘੱਟ ਹੈ। ਜੇ ਆਬਾਦੀ ਘੱਟ ਹੈ ਤੇ ਕੁਦਰਤੀ ਗੱਲ ਹੈ ਕਿ ਜਿਹੜੇ ਹੈ ਪਿੰਡ ਦੂਰ ਦੂਰ ਨੇ, ਤੇ ਉੱਥੇ 20-20 ਪਿੰਡਾਂ ਦਾ ਜਾਂ 10-10 ਪਿੰਡਾਂ ਦਾ ਉੱਥੇ ਕੌਣ ਲੈ ਕੇ ਆਊਗਾ ਜੀ ਉਹਨਾਂ ਨੂੰ ਜਿਹੜਾ ਪੋਲਿੰਗ ਕਰਾਉਣ ਵਾਸਤੇ, ਤੇ ਕੌਣ ਉਹਨਾਂ ਨੂੰ ਕਿਸ ਤਰ੍ਹਾਂ ਸਹਿਯੋਗ ਕੀਤਾ ਜਾਊ? ਇਹਦਾ ਮਤਲਬ ਕੀ ਹੈ? ਇੱਕ ਜਿਹੜੀ ਦੂਜੀ ਗੱਲ ਜ਼ਿਆਦਾ ਨਿਰਗਰਦੀ ਵਾਲੀ ਕਿ ਪਿੰਡਾਂ ਦਾ ਜ਼ਿਕਰ ਕੋਈ ਨਹੀਂ, 10-15 ਪਿੰਡਾਂ ਦਾ ਪੋਲਿੰਗ ਸਟੇਸ਼ਨ ਹੈ, ਇੱਕ ਉਹਦੀ ਲਿਸਟ ਹੈ, ਲੇਕਿਨ ਕਿਹੜਾ ਵੋਟਰ ਕਿਹੜੇ ਪਿੰਡ ਦਾ ਉਹ ਕਿਸੇ ਨੂੰ ਪਤਾ ਨਹੀਂ। ਇਹਦਾ ਮਤਲਬ ਜਾਲੀ ਵੋਟਾਂ ਪਾਉਣ ਦਾ ਜਿਹੜਾ ਕੰਮ ਹੈ ਉਹਦਾ ਮਨਸੂਬਾ ਤਿਆਰ ਕਰ ਦਿਆ ਗਿਆ ਕਿ ਹੁਣ ਕਿਹੜਾ ਉੱਥੇ ਪੋਲਿੰਗ ਏਜੰਟ ਬਣੂਗਾ? ਦੱਸੋ, ਆ ਸਾਰੇ ਮਲੂਕਾ ਸਾਹਿਬ ਬੈਠੇ ਨੇ, ਰੱਖੜਾ ਸਾਹਿਬ ਬੈਠੇ ਨੇ, ਸਾਰੇ ਅਸੀਂ ਇਲੈਕਸ਼ਨ ਲੜਦੇ ਹਾਂ, ਬਿੱਡੂ ਖੇੜਾ ਸਾਹਿਬ ਬੈਠੇ ਆ, ਤੇ ਕਿੱਡਾ ਵੀ ਬੰਦਾ ਐਕਸਪਰਟ ਹੋਵੇ 10 ਪਿੰਡਾਂ ਦੇ ਬੰਦਿਆਂ ਨੂੰ ਕੌਣ ਆਈਡੈਂਟੀਫਾਈ ਕਰੂਗਾ ਜੀ ਉੱਥੇ? ਨੌ ਪੋਲਿੰਗ ਸਟੇਸ਼ਨ ਆਏ ਇੱਕ ਹਲਕੇ ਮਗਰ, ਆਹੋ ਇੱਕ ਹਲਕੇ ਪਿੱਛੇ 9 ਪੋਲਿੰਗ ਸਟੇਸ਼ਨ ਆਏ ਤੇ 10-10, 15-15 ਪਿੰਡਾਂ ਦੇ ਉੱਥੇ ਵੋਟਰ ਵੋਟਾਂ ਪਾਉਣ ਆਉਣਗੇ, ਉਹਨਾਂ ਨੂੰ ਆਈਡੈਂਟੀਫਾਈ ਕੌਣ ਕਰੂਗਾ? ਕਦੀ ਪੋਸੀਬਲ ਨਹੀਂ ਹੁੰਦਾ ਕਿ ਤੁਸੀਂ ਆਪਣੇ ਪਿੰਡ ਵੱਡੇ ਪਿੰਡ ਦੇ, ਕਈ ਵਾਰੀ ਬੰਦੇ ਦਾ ਨਹੀਂ ਪਤਾ ਹੁੰਦਾ, ਪਹਿਚਾਣ ਨਹੀਂ ਹੁੰਦੀ ਸਾਰਿਆਂ ਦੀ, ਜਿਹੜੇ ਵੱਡੇ ਪਿੰਡ ਨੇ ਉੱਥੇ ਦਿੱਕਤ ਆਉਂਦੀ ਹੈ। ਇਸ ਕਰਕੇ ਜੇ ਇੰਨੇ ਪਿੰਡਾਂ ਦਾ ਇੱਕ ਪੋਲਿੰਗ ਸਟੇਸ਼ਨ ਹੈ ਉੱਥੇ ਆਈਡੈਂਟੀਫਿਕੇਸ਼ਨ ਉਹਦੀ ਕਿੱਦਾਂ ਹੋਏਗੀ? ਜਿੱਦਾਂ ਇਹ ਵੋਟਾਂ ਜਾਲੀ ਬਣੀਆਂ ਉੱਦਾਂ ਜਾਲੀ ਅੱਜ ਕੱਲ੍ਹ ਆਈ ਕਾਰਡ ਵੀ ਬਣ ਜਾਂਦੇ, ਉਹ ਵੀ ਮਸ਼ੀਨ ਲੱਗ ਜਾਏਗੀ ਕਿਤੇ ਕਿ ਉਹ ਜਾ ਕੇ ਬੰਦਾ ਜਾਊਗਾ ਜਾ ਕੇ ਭੁਗਤਾਇਆ ਹੋਊਗਾ। ਇਸ ਕਰਕੇ ਇਹ ਚੀਜ਼ਾਂ ਜਿੰਨੀ ਦੇਰ ਤੱਕ ਇਹਨਾਂ ਤੇ ਡਾਊਟਸ ਨਹੀਂ ਕਲੀਅਰ ਹੁੰਦੇ ਉਨੀ ਦੇਰ ਤੱਕ ਕਮਿਸ਼ਨ ਨੂੰ ਇਲੈਕਸ਼ਨ ਜਿਹੜੀ ਹੈ ਉਹ ਨਹੀਂ ਕਰਨੀ ਚਾਹੀਦੀ ਸੀ। ਪਰ ਅਫਸੋਸ ਹੈ ਕਿ ਇਹ ਸਾਰਾ ਕੰਮ ਕਾਲੀ ਨਾ ਕਰਕੇ, ਤੇ ਮੈਂ ਸਮਝਦਾ ਕਿ ਖੱਟੜ ਸਾਹਿਬ ਨੂੰ ਲੱਗਦਾ ਕਿ ਅੱਗੇ ਤਾਂ ਮੇਰੇ ਸਿਰ ਪੈ ਗਈ ਸਾਰੀ ਕਮੇਟੀ, ਵੀ ਉਹ ਬੰਦੇ ਜਿੱਦਾਂ ਦੇ ਬਣਾਏ ਉਹ ਸਾਰਾ ਹਰਿਆਣੇ ਦੀਆਂ ਸਿੱਖ ਸੰਗਤਾਂ ਦੇ ਵਿੱਚ ਵੀ ਐਕਸਪੋਜ਼ ਹੋ ਗਏ, ਤੇ ਹੁਣ ਉਹਨਾਂ ਨੂੰ ਲੱਗਦਾ ਕਿ ਮੈਂ ਮੋਹਰ ਵੀ ਲਵਾ ਦਿਆਂ ਸੰਗਤ ਦੀ। ਪਰ ਇਸ ਤਰ੍ਹਾਂ ਦੀਆਂ ਮੋਹਰਾਂ ਲਾ ਕੇ ਜੇ ਤੁਸੀਂ ਕੰਮ ਕਰੋਗੇ ਤੇ ਇਹ ਮੈਂ ਸਮਝਦਾ ਬਹੁਤ ਵੱਡਾ ਇੱਕ ਹੋਰ ਇਨਜਸਟਿਸ ਜਿਹੜਾ ਉਹ ਸਿੱਖ ਕਮਿਊਨਿਟੀ ਦੇ ਨਾਲ ਹੋਊਗਾ। ਇਸ ਕਰਕੇ ਮੇਰੀ ਉਹਨਾਂ ਨੂੰ ਬੇਨਤੀ ਹੈ, ਖੱਟੜ ਸਾਹਿਬ ਨੂੰ ਖਾਸ ਤੌਰ ਤੇ ਬੇਨਤੀ ਹੈ ਕਿ ਇਹ ਆਪਣਾ ਨੋਟੀਫਿਕੇਸ਼ਨ ਆਪ ਹੀ ਤੁਹਾਨੂੰ ਵਾਪਸ ਲੈਣਾ ਚਾਹੀਦਾ, ਕਿਉਂਕਿ ਇਹ 'ਚ ਬਹੁਤ ਵੱਡੀਆਂ ਖਾਮੀਆਂ। ਕਿਸੇ ਪਾਰਟੀ ਨੂੰ ਅੱਜ ਤੱਕ ਕਮਿਸ਼ਨ ਦੱਸਦਾ ਵੀ ਇੱਕ ਵੀ ਚਿੱਠੀ ਲਿਖੀ ਹੋਵੇ, ਜਾਂ ਇਹਨਾਂ ਦੇ ਆਪਣੇ ਜਿਹੜੇ ਸਾਈਟ ਦੇ ਉੱਤੇ ਪੜ੍ਹ ਲਓ ਜੇ ਅੱਜ ਤੱਕ ਅਧਿਕਾਰ ਤੇ ਉਮੀਦਵਾਰ ਡਿਕਲੇਅਰ ਕਿੱਦਾਂ ਕਰਨਾ ਜੇ ਉਹਦਾ ਕੋਈ ਫਾਰਮ ਹੋਵੇ ਤਾਂ। ਆ ਤੁਸੀਂ ਸਾਰੇ ਇਹਨਾਂ ਦੀ ਵੈਬਸਾਈਟ ਜਿਹੜੀ ਹੈ ਹਰਿਆਣਾ ਦੇ ਇਲੈਕਸ਼ਨ ਕਮਿਸ਼ਨ ਦੀ ਉਹਨੂੰ ਹੁਣੇ ਚੈੱਕ ਕਰ ਲਓ, ਉਹਦੇ 'ਚ ਇੱਕ ਵੀ ਫਾਰਮ ਹੋਵੇ, ਕਿਉਂਕਿ ਇਲੈਕਸ਼ਨ ਕਮਿਸ਼ਨ ਦਾ ਵੀ ਇਹ ਵੀ ਫਾਰਮ ਹੁੰਦਾ ਸਾਡਾ, ਉਹਦਾ ਉਹਦੇ ਵਿੱਚ ਜਿਹੜਾ ਅਸੀਂ ਭਰ ਕੇ ਦਿੰਦੇ ਹਾਂ, ਇੱਕ ਸਿੰਬਲ ਦੀ ਅਥਾਰਟੀ ਦਿੰਦੇ ਹਾਂ,
ਇੱਕ ਅਸੀਂ ਪ੍ਰੈਜ਼ਾਈਡਿੰਗ ਅਫਸਰ ਨੂੰ ਭੇਜਦੇ ਹਾਂ ਕਿ ਇਹ ਸਾਡੇ ਸਪੈਸੀਮੈਂਟ ਸਿਗਨੇਚਰ ਆ, ਇਹਦੇ 'ਚ ਕੋਈ ਪ੍ਰੋਵੀਜ਼ਨ ਹੀ ਨਹੀਂ ਹੈਗੀ। ਇਹਦਾ ਮਤਲਬ ਸਾਰੇ ਹੀ ਕੋਈ ਆਰਗਨਾਈਜ਼ ਤਰੀਕੇ ਨਾਲ ਜੇ ਕੋਈ ਚੋਣ ਲੜਨੀ ਚਾਹੁੰਦਾ, ਡੈਮੋਕ੍ਰੇਟਿਕ ਪ੍ਰੋਸੈਸ ਜਿਹੜੀ ਸਾਡੇ ਗੁਰੂ ਘਰਾਂ ਦੀ ਹੈ, ਉਹਦੇ ਵਿੱਚ ਉਹਦੀ ਪ੍ਰੋਵੀਜ਼ਨ ਹੀ ਖਤਮ ਕਰ ਦਿੱਤੀ ਗਈ। ਕਿਉਂ? ਕਾਰਨ ਤਾਂ ਕੋਈ ਹੋਣਾ ਚਾਹੀਦਾ ਨਾ। ਦੇਸ਼ ਦਾ ਸੰਵਿਧਾਨ ਨਹੀਂ ਰੋਕਦਾ ਕਿਸੇ ਨੂੰ ਚੋਣ ਲੜਨ ਤੋਂ, ਕਿਸੇ ਪਾਰਟੀ ਨੂੰ। ਸਾਡੇ ਤੇ ਕਈ ਵਾਰੀ ਕੇਸ ਹੋਏ ਇਹਨਾਂ ਗੱਲਾਂ ਤੇ, ਕਿੰਨੇ ਹੋਰ ਅਕਾਲੀ ਦਲ ਨੇ ਜਿਹੜੇ ਧਾਰਮਿਕ ਇਲੈਕਸ਼ਨਾਂ SGPC ਦੀ ਦੂਜੀਆਂ ਲੜਦੇ ਆ, ਦਿੱਲੀ ਕਮੇਟੀ ਦੀਆਂ ਇਲੈਕਸ਼ਨਾਂ ਲੜਦੇ ਆ, ਤੇ ਫਿਰ ਇੱਥੇ ਜੇ ਕੋਈ ਲੜਨਾ ਚਾਹੇ ਤਾਂ ਉਹਦੀ ਪ੍ਰੋਵੀਜ਼ਨ ਕਿੱਥੇ ਹੈ ਹੀ ਨਹੀਂ ਪ੍ਰੋਵੀਜ਼ਨ। ਤੇ ਫਿਰ ਕਾਹਲੀ ਕਾਹਦੇ ਵਾਸਤੇ ਹੈ? ਤੁਹਾਡੇ ਕੋਲ ਸਾਡੇ ਪੋਲਿੰਗ ਸਟੇਸ਼ਨ ਨਹੀਂ ਬਣ ਸਕੇ। ਤੁਸੀਂ ਸਭ ਤੋਂ ਜ਼ਰੂਰੀ ਹੁੰਦਾ ਪੋਲਿੰਗ ਸਟੇਸ਼ਨ, ਕਿ ਉੱਥੇ ਪਰਸੈਂਟੇਜ ਤਾਂ ਹੀ ਹੋ ਸਕਦੀ ਹੈ, ਸਹੀ ਵੋਟ ਹੀ ਤਾਂ ਪੈ ਸਕਦੀ ਹੈ ਜੇ ਉਹ ਇੱਕ ਅੱਧੇ ਕਿਲੋਮੀਟਰ ਦੇ ਏਰੀਆ ਦੇ ਵਿੱਚ ਹੋਵੇ। ਇਸੇ ਕਰਕੇ ਡਿਮਾਂਡ ਹਮੇਸ਼ਾ ਵੱਧਦੀ ਹੈ ਕਿ ਪੋਲਿੰਗ ਸਟੇਸ਼ਨ ਵੱਧ ਤੋਂ ਵੱਧ ਬਣਾਏ ਜਾਣ। ਜੇ ਆਬਾਦੀ ਸਕੈਟਰਡ ਹੈ ਤੇ ਪੋਲਿੰਗ ਸਟੇਸ਼ਨ ਜ਼ਿਆਦਾ ਬਣਾਓ। ਕਿਤੇ ਵੀ ਗਰਾਊਂਡ ਦੇ ਉੱਤੇ ਇਲੈਕਸ਼ਨ ਦੀ ਤਿਆਰੀ ਨਹੀਂ, ਸਿਰਫ ਇਲੈਕਸ਼ਨ ਨੂੰ ਡਿੱਗ ਕਰਨ ਦੀ ਤਿਆਰੀ। ਕਾਮ ਚੀਮਾ ਸਾਹਿਬ, ਹੁਣ ਫੋਟੋ ਲੱਗਦੀ ਹੈ ਹਰੇਕ ਵੋਟਰ ਸੂਚੀ ਤੇ, ਵੋਟਰ ਦੀ ਇਹਦੇ ਤੇ ਹੈ ਨਹੀਂ। ਹਾਂ, ਇਹ ਵੀ ਜਿਹੜਾ ਮਲੂਕਾ ਸਾਹਿਬ ਨੇ ਪੁਆਇੰਟ ਇੱਕ ਬਹੁਤ ਅੱਛਾ ਰੇਜ਼ ਕੀਤਾ ਕਿ ਹੁਣ ਸਾਰੀਆਂ, ਬਾਕੀ ਤਾਂ ਕਹਿੰਦੇ ਆ ਕਿ ਫੋਟੋ ਲੱਗਣੀ ਚਾਹੀਦੀ ਹੈ ਹਰ ਥਾਂ ਦੇ ਉੱਤੇ, ਇੱਥੇ ਹੁਣ ਫੋਟੋ ਹੈ ਨਹੀਂ, ਤੇ ਫੋਟੋ ਲਈਆਂ ਹੈਗੀਆਂ ਸਾਰਿਆਂ ਦੀਆਂ, ਫਾਰਮਾਂ ਤੇ ਲਈਆਂ, ਫਾਰਮਾਂ ਤੇ ਸਾਰਿਆਂ ਤੇ ਲਈਆਂ ਫੋਟੋ ਕਰਕੇ ਫਾਰਮ ਘੱਟ ਭਰੇ ਜਾਂਦੇ ਸੀ, ਮੁਸ਼ਕਲ ਹੁੰਦੀ ਸੀ ਬਜ਼ੁਰਗਾਂ ਦੀ ਫੋਟੋ ਲੈਣ ਦੇ ਵਿੱਚ, ਬੀਬੀਆਂ ਦੀ ਫੋਟੋ ਲੈਣ ਚ। ਹੁਣ ਜਿਹੜੀ ਲਿਸਟ ਬਣਾਈ ਹੈ ਇਹਦੇ ਤੇ ਕਿਤੇ ਹੈ ਨਹੀਂ, ਆਹ ਸਾਰੀਆਂ ਜਿੰਨੀਆਂ ਆਈਆਂ ਸਾਰੀਆਂ ਪਈਆਂ ਲਿਸਟਾਂ, ਤੇ ਫਿਰ ਉਹ ਜਿਹੜੀਆਂ ਵੋਟਰ ਦੀ ਫੋਟੋ ਲਈਆਂ ਸੀ ਉਹ ਗਈਆਂ ਕਿੱਥੇ ਫੋਟੋ? ਤੇ ਬਹੁਤ ਵੈਲਿਡ ਪੁਆਇੰਟ ਹੈ ਜਿਹੜਾ ਮਲੂਕਾ ਸਾਹਿਬ ਨੇ ਰੇਜ਼ ਕੀਤਾ, ਜਾਲੀ ਪੈਣ ਦੇ ਕਾਫੀ ਚਾਂਸ ਆ, ਜਾਲੀ ਬਣਨੀਆਂ ਨਹੀਂ ਸੀ ਨਾ, ਜੇ ਫੋਟੋਆਂ ਲੱਗ ਜਾਂਦੀਆਂ ਜਾਲੀ ਨਹੀਂ ਬਣਨੀਆਂ ਸੀ। ਇਸ ਕਰਕੇ ਅਸੀਂ ਖੱਟਣ ਸਾਹਿਬ ਨੂੰ ਬੇਨਤੀ ਕਰਦੇ ਹਾਂ, ਇਲੈਕਸ਼ਨ ਕਮਿਸ਼ਨ ਨੂੰ ਵੀ, ਹਰਿਆਣਾ ਨੂੰ ਬੇਨਤੀ ਕਰਦੇ ਹਾਂ ਕਿ ਇਸ ਕੰਮ ਨੂੰ ਏਦਾਂ ਕਾਹਲੀ ਨਾ ਕਰਕੇ ਤੇ ਜਿਹੜਾ ਸਿਸਟਮ ਦਾ ਮਜ਼ਾਕ ਨਾ ਉਡਾਇਆ ਜਾਵੇ। ਸਿਸਟਮ ਰਹਿਣਾ ਚਾਹੀਦਾ, ਭਰੋਸਾ ਸਿਸਟਮ ਦੇ ਵਿੱਚ ਸਿੱਖ ਸੰਗਤ ਦਾ ਰਹਿਣਾ ਚਾਹੀਦਾ, ਜਿਹਨੂੰ ਸਿੱਖ ਸੰਗਤ ਚਾਹੇ ਚੁਣ ਲਵੇ, ਇਹਦੇ ਤੇ ਸਾਨੂੰ ਤਾਂ ਕੋਈ ਕਿਸੇ ਤੇ ਇਤਰਾਜ਼ ਨਹੀਂ ਹੈ, ਲੇਕਿਨ ਇੱਕ ਟ੍ਰਾਂਸਪੇਰੈਂਟ ਤਰੀਕੇ ਦੇ ਨਾਲ ਜਿਹੜਾ ਸਾਰਾ ਕੰਮ ਉਹ ਹੋਣਾ ਚਾਹੀਦਾ। ਪ੍ਰਧਾਨ ਸਾਹਿਬ ਕੋਈ ਹੋਰ ਕਹਿਣਾ? ਸਾਹਿਬ, ਤੁਸੀਂ ਨੌਨ ਸਿੱਖ ਵੋਟਰਾਂ ਬਾਰੇ ਗੱਲ ਕੀਤੀ ਆ, ਪਰ ਜਸਟਿਸ ਭੱਲਾ ਇਹਦਾ ਇਲੈਕਸ਼ਨ ਕਮਿਸ਼ਨ ਦੇ ਨੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਤੁਸੀਂ ਉਹਨਾਂ ਨੂੰ ਕੋਈ ਲਿਖਤੀ ਤੌਰ ਦੇ ਉੱਤੇ ਕੋਈ ਦੇ ਰਹੇ ਹੋ? ਦੇਖੋ, ਜੇ ਤੁਸੀਂ ਉਹ ਨਹੀਂ ਕਰਦੇ ਤੇ ਤੁਹਾਡੀ ਕਾਨੂੰਨੀ ਤੌਰ ਤੇ ਕਾਰਵਾਈ? ਅੱਜ ਦੇਖੋ ਆ, ਪ੍ਰੈਸ ਕਾਨਫਰੰਸ ਕੀਤੀ ਆ, ਕਿਉਂਕਿ ਰਾਤ ਇਹ ਨੋਟੀਫਿਕੇਸ਼ਨ ਅੱਜ ਵਰਚੁਅਲ ਅੱਜ ਹੋਈ ਆ, 8 ਤਰੀਕ 'ਚ ਨੋਟੀਫਿਕੇਸ਼ਨ ਹੋਈ ਆ, ਤੇ ਅਜੇ ਅਸੀਂ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ, ਬਾਕੀ ਅਸੀਂ ਡਿਸਕਸ ਕਰ ਵੀ ਰਹੇ, ਲੀਗਲ ਪੱਖ ਵੀ ਡਿਸਕਸ ਕਰ ਰਹੇ ਹਾਂ, ਉਹ ਵੀ ਸ਼ਾਮ ਨੂੰ ਬੈਠਾਂਗੇ ਸਾਰੇ ਪੱਖਾਂ ਤੋਂ, ਪਰ ਕੁਛ ਗੱਲਾਂ ਮੈਂਡੇਟਰੀ ਹੁੰਦੀਆਂ ਜਿਹੜੀਆਂ, ਕਿਉਂਕਿ ਨੌਨ ਸਿੱਖ ਜਿਹੜਾ ਆ ਉਹਦੇ ਕੈਫੀਡੈਵਿਟ ਭਰਨਾ ਪੈਂਦਾ, ਫੋਟੋ ਨਾਲ ਲੱਗਦੀ, ਹੋਰ ਸਾਰਾ ਹੁੰਦਾ, ਅਤੇ ਜੇ ਨਹੀਂ ਕੀਤਾ ਤਾਂ ਅਸੀਂ ਇਹਨਾਂ ਗੱਲਾਂ ਦਾ ਤਾਂ ਉਹਨਾਂ ਨਾਲ ਇਤਰਾਜ਼ ਕਰ ਰਹੇ ਹਾਂ ਵੀ ਸਾਰੀਆਂ ਗੱਲਾਂ ਦੋਸ਼ ਆ। ਹੁਣ ਅਸੀਂ ਸਵੇਰ ਦੇ ਬੈਠੇ ਹਾਂ, ਕੁਛ ਹਲਕਿਆਂ ਦੀਆਂ ਹਾਲੇ ਵੋਟਰ ਲਿਸਟਾਂ ਨਹੀਂ ਸਾਨੂੰ ਮਿਲ ਰਹੀਆਂ, ਕੁਛ ਜਿਹੜੇ 40 ਚੋਂ ਹਲਕੇ ਆ ਉਹਨਾਂ ਦੀ ਹਾਲੇ ਜੇ ਵੋਟਰ ਲਿਸਟ ਨਹੀਂ ਤਾਂ ਬੰਦੇ ਨੇ ਆਪਣੇ ਖਾਨਾ ਕੱਲ੍ਹ ਤੋਂ ਪਰਸੋਂ ਤੋਂ ਨੋਮੀਨੇਸ਼ਨ ਸ਼ੁਰੂ ਹੋ ਜਾਣੀਆਂ, ਉਹ ਇੰਟਰਨੈਟ ਤੋਂ ਵੀ ਨਹੀਂ ਮਿਲੀਆਂ, ਜਿਹੜੀਆਂ ਚੱਕੀਆਂ ਵੀ ਇੰਟਰਨੈਟ ਤੋਂ ਚੱਕੀਆਂ। ਆਹ 3-4 ਹਲਕੇ ਹਰਿਆਣੇ ਵਾਲੇ ਵੀਰ ਸਾਡੇ ਆਏ ਹੋ ਆ ਜਿਹੜੇ ਮੈਂਬਰ ਆ, ਉਹਨਾਂ ਦੀ ਹਾਲੇ ਵੋਟਰ ਸੂਚੀਆਂ ਨਹੀਂ ਆਪਣੇ ਇੰਟਰਨੈਟ 'ਤੇ ਪਈਆਂ ਵੀ ਕਿਹੜੀਆਂ ਵੋਟਰ ਸੂਚੀਆਂ। ਜਿਸਲੇ ਕਿਸੇ ਕੌਮ ਨੂੰ ਕਮਜ਼ੋਰ ਕਰਨਾ ਹੋਵੇ, ਉਹਦੀਆਂ ਪਹਿਲਾਂ ਜਿਹੜੀਆਂ ਆ ਸੰਸਥਾਵਾਂ ਆ ਉਹਨੂੰ ਕਮਜ਼ੋਰ ਕੀਤਾ ਜਾਂਦਾ। ਇਹ ਬੜੀ ਇੱਕ ਘੜੀ ਕਢਾਈ ਸਾਜਿਸ਼ ਆ, ਕਿਉਂਕਿ ਸਿੱਖ ਕਦੇ ਕਮਜ਼ੋਰ ਨਹੀਂ ਹੋਇਆ, ਪਰ ਸੰਸਥਾਵਾਂ ਨੂੰ ਜਿਹੜੇ ਕਮਜ਼ੋਰ ਕਰਨ ਲੱਗੋਗੇ ਤੁਸੀਂ ਤਾਂ ਉਹ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਦੀ ਗੱਲ ਆ ਨਾ।
ਸੋ ਮੈਂ ਸਮਝਦਾ ਇੱਕ ਬੜੀ ਵੱਡੀ ਸੋਚੀ ਸਾਜੀ ਸਮਝ ਆ, ਆਹ ਜਿਹੜੀ ਹਜ਼ੂਰ ਸਾਹਿਬ ਵਾਲੀ ਆ ਇਹ ਤਾਂ ਅੱਤ ਆ ਨਾ, ਮਤਲਬ ਆ ਤਾਂ ਵੀ 12 ਨੋਮੀਨੇਸ਼ਨਾਂ ਸਿੱਧੀਆਂ ਕਰ ਮਾਰੀਆਂ। ਸੋ ਸਿੱਖ ਸ਼ਕਤੀ ਨੂੰ ਹਮੇਸ਼ਾ ਹੀ ਖੋਰਾ ਲਾਉਣ ਦਾ ਯਤਨ ਕੀਤਾ, ਪਰ ਹੁਣ ਤਾਂ ਸਿੱਧੇ ਤੌਰ ਤੇ ਸ਼ੁਰੂ ਹੋ ਗਏ। ਦੇਖੋ 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 ਪਵਿੱਤਰ ਗੁਰਬਾਣੀ 'ਚ ਵੀ ਬੇਗਮਪੁਰਾ ਸ਼ਹਿਰ ਕੋ ਨਾਓ, ਅਸੀਂ ਸਾਰਿਆਂ ਦਾ ਸਤਿਕਾਰ ਕਰਦੇ, ਧਰਮਾਂ ਦਾ ਸਾਨੂੰ ਕੋਈ ਦਿੱਕਤ ਨਹੀਂ, ਪਰ ਇੱਕ ਧਰਮ ਨੂੰ ਕੋਈ ਅਧਿਕਾਰ ਨਹੀਂ ਕਿ ਦੂਏ ਧਰਮਾਂ ਨੂੰ ਖਾ ਲਵੇ ਜਾਂ ਦੂਏ ਧਰਮਾਂ 'ਤੇ ਉਹ ਕੋਈ ਆਪਣੇ ਜਾੜ ਸਟਿੱਕ ਲਾਵੇ। ਹਰ ਇੱਕ ਧਰਮ ਮੁਬਾਰਕ ਆ, ਸਿੱਖਾਂ ਦੀ ਤਾਂ ਪਰਿਭਾਸ਼ਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਐਸੀ ਘੜੀ ਆ ਕਿ ਇਹਦੀ ਅਰਦਾਸ ਇਹ ਸਰਬੱਤ ਦੇ ਭਲੇ 'ਤੇ ਜਾ ਕੇ ਖਤਮ ਹੁੰਦੀ ਆ। ਸੋ ਅਸੀਂ ਤਾਂ ਚਾਹੁੰਦੇ ਨਹੀਂ, ਬਾਕੀ ਉਹਨਾਂ ਦਾ ਆਪਣੇ ਤੌਰ 'ਤੇ ਆ, ਅਸੀਂ ਤਾਂ ਸਾਡਾ ਆ ਵੀ ਜਿਹੜੀਆਂ ਸਿੱਖ ਸੰਸਥਾਵਾਂ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਲਹੂ ਅਤੇ ਮਿਹਨਤ ਨਾਲ ਅਤੇ ਅੱਜ ਦੀ ਡੇਟ ਦੇ ਵਿੱਚ ਵੀ ਸਰਹੱਦਾਂ ਦੇ ਉੱਤੋਂ ਜੇ ਕੋਈ ਆਉਂਦੀਆਂ 5-4 ਲਾਸ਼ਾਂ ਤਾਂ ਉਹਨਾਂ ਦੇ ਵਿੱਚ ਪੰਜਾਬ ਦੀਆਂ ਵੱਧ ਹੁੰਦੀਆਂ। ਸੋ ਇਸ ਕਰਕੇ ਅਸੀਂ ਤਾਂ ਉਹਨਾਂ ਨੂੰ, ਅਸੀਂ ਤਾਂ ਡੈਮੋਕ੍ਰੈਟਿਕ ਨੋਰਮ ਦੇ ਵਿੱਚ ਜਿਹੜਾ ਸਾਨੂੰ ਮਿਲਿਆ ਅਧਿਕਾਰ ਆ ਉਹਨੂੰ ਅੱਜ ਖੋਣ ਦਾ ਯਤਨ ਕੀਤਾ ਜਾ ਰਿਹਾ, ਇਸੇ ਗੱਲ ਦਾ ਰੋਸ ਆ ਸਾਡਾ ਵੱਡਾ। ਜਿਸਲੇ ਫਿਰ ਸਾਰੇ ਹੀਲੇ ਬਿੱਲੇ ਖਤਮ ਹੋ ਜਾਂਦੇ ਫਿਰ ਕੁਛ ਨਾ ਕੁਛ ਕਰਨਾ ਹੀ ਹੁੰਦਾ, ਉਹ ਤਾਂ ਫਿਰ ਕੌਮ ਦਾ ਸਾਡਾ ਰਿਹਾ ਹੀ ਆ ਹਮੇਸ਼ਾ ਹੀ। ਪਰ ਅਸੀਂ ਚਾਹੁੰਦੇ ਨਹੀਂ ਪਈ ਜਿਹੜੀ ਸਿੱਖ ਸ਼ਕਤੀ ਆ, ਕਿਉਂਕਿ ਇਸ ਮੁਲਕ ਲਈ ਸਿੱਖਾਂ ਦੀ ਬੜੀ ਵੱਡੀ ਕੁਰਬਾਨੀ ਆ। ਇੱਕ ਕਹਿਣ ਦੀਆਂ ਗੱਲਾਂ ਹੁੰਦੀਆਂ, ਇੱਕ ਸੱਚੀ ਕਰਨ ਦੀਆਂ ਹੁੰਦੀਆਂ, ਇਹ ਤੁਸੀਂ ਮੇਰੇ ਤੋਂ ਵੱਧ ਜਾਣਦੇ ਆ। ਉਹ ਤੁਸੀਂ ਉਹਨਾਂ ਨੂੰ ਪੁੱਛ ਲਿਓ ਜਾ ਕੇ। ਦੇਖੋ ਅਸੀਂ ਤਾਂ ਹਮੇਸ਼ਾ ਹੀ ਸਾਡਾ, ਕਿਉਂਕਿ ਹਰਿਆਣੇ ਨੂੰ ਤਾਂ ਅਸੀਂ ਛੋਟਾ ਭਰਾ ਸਮਝਦੇ ਹਾਂ, ਔਰ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਿੱਸਾ। ਦੇਖੋ ਦੋ ਗੱਲਾਂ ਆ, ਤੁਸੀਂ ਸਿਆਣੇ ਸਾਰੇ ਬੈਠੇ ਆ, ਚੀਮਾ ਸਾਹਿਬ ਨੇ ਕਲੈਰੀਫਾਈ ਵੀ ਕਰਤੀਆਂ ਕਿ ਇੱਕ ਸੈਂਟਰਲ ਐਕਟ ਆ, ਇੱਕ ਸਟੇਟ ਐਕਟ ਆ, ਅਤੇ ਸੈਂਟਰਲ ਐਕਟ ਹਾਲੇ ਐਜ ਇਟ ਇਜ਼ ਖੜਾ ਹੈ, ਅਤੇ ਪ੍ਰਵੇਲ ਆਪਾਂ ਉਹਨੂੰ ਉਹਨੇ ਕਰਨਾ ਅਤੇ ਉਹ ਲਿਟੀਗੇਸ਼ਨ ਪੈਂਡ ਗਿਆ ਵੀ ਜਿਹੜੇ 8 ਹਲਕੇ ਆ ਉਹ ਰਿਜ਼ਰਵ ਪਾ ਕੇ 11 ਹੋ ਜਾਂਦੇ ਆ, ਅਤੇ ਇਹ ਹਾਈ ਕੋਰਟ ਨੇ ਵੀ ਕੁਐਰੀ ਪਾਈ ਵੀ ਜੇ ਉਹ 8 ਹਲਕਿਆਂ ਦੇ ਵਿੱਚ ਹਾਲੇ ਖੜੇ ਆ ਨੋਟੀਫਿਕੇਸ਼ਨ ਮੁਤਾਬਕ, ਅਤੇ ਵੋਟਾਂ ਉਹਨਾਂ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਲਿਸਟਾਂ 'ਚ ਸ਼ਾਮਲ ਕਰਨੀਆਂ ਚਾਹੀਦੀਆਂ, ਅਤੇ ਉਹ ਵੋਟਾਂ ਉੱਥੇ ਬਣਨ। ਸੋ ਇਸ ਕਰਕੇ ਬਾਕੀ ਜਿਹੜਾ ਪ੍ਰੋਸੈਸ ਆ ਡੈਮੋਕ੍ਰੇਸੀ ਦਾ, ਵੋਟਾਂ ਪੈਣ ਦਾ ਜਾਂ ਖੜੇ ਹੋਣ ਦਾ, ਉਹ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਕਰੂਗਾ ਜੀ ਆਪਣੇ ਤੌਰ 'ਤੇ। ਚਲੋ ਧੰਨਵਾਦ ਜੀ।